ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਆਪਣਾ ਰਮਨਦੀਪ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਕੇ ਆਰ ਟੀ ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਪਲੇਸਮੈਂਟ ਆਫਿਸ ਵਿਖੇ ਅਤੇ ਸਾਡੇ ਨਾਲ ਜੁੜੇ ਹਨ ਰਕੇਸ਼ ਕੁਮਾਰ ਜੀ ਪਲੇਸਮੈਂਟ ਆਫਿਸਰ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਸਰ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਕਿੱਥੇ ਰੁਜ਼ਗਾਰ ਮੇਲੇ ਲੱਗ ਰਹੇ ਨੇ ਅਤੇ ਇੰਨਾ ਲੰਬਾ ਸਮਾਂ ਰੁਜ਼ਗਾਰ ਮੇਲੇ ਬੰਦ ਰਹੇ ਨੇ ਅਤੇ ਹੁਣ ਕਿੰਨੇ ਕੁ ਰੁਜ਼ਗਾਰ ਮੇਲੇ ਜਿਹੜੇ ਕਿ ਪਠਾਨਕੋਟ ਦੇ ਨੌਜਵਾਨਾਂ ਨੂੰ ਹੁਣ ਤੁਸੀਂ ਦੇਣ ਜਾ ਰਹੇ ਹੋ? ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡਾ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਕਿ ਸਾਰਿਆਂ ਨੂੰ ਦੱਸਿਆ ਕਿ ਰੋਜ਼ਗਾਰ ਮੇਲੇ ਜੋ ਕਿ ਰੋਜ਼ਗਾਰ ਦੇਣਾ ਸਰਕਾਰ ਦੀ ਇੱਕ ਬੜੀ ਹੀ ਪਹਿਲਕਦਮੀ ਦਾ ਕੰਮ ਹੈਗਾ, ਕਿਉਂਕਿ ਹਰ ਸਰਕਾਰ ਦੀ ਇਹ ਜ਼ਿੰਮੇਵਾਰੀ ਹੁੰਦੀ ਕਿ ਅਸੀਂ ਵੱਧ ਤੋਂ ਵੱਧ ਇੰਪਲਾਇਮੈਂਟ ਜਨਰੇਟ ਕਰਾ ਕੇ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰ ਸਕੀਏ। ਇਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ 7ਵਾਂ ਮੈਗਾ ਰੋਜ਼ਗਾਰ ਮੇਲਾ ਸ਼ੁਰੂ ਹੋਣ ਜਾ ਰਿਹਾ ਸਤੰਬਰ ਮਹੀਨੇ ਦੇ ਵਿੱਚ, ਜੋ ਕਿ ਪੰਜਾਬ ਸਰਕਾਰ ਦਾ ਬੜਾ ਹੀ ਇੱਕ ਮਤਲਬ ਵੱਡਾ ਉਪਰਾਲਾ ਹੈ, ਜਿਹਦੇ ਦੌਰਾਨ ਅਸੀਂ 10,000 ਬੱਚਿਆਂ ਨੂੰ ਪਲੇਸਮੈਂਟ ਕਰਵਾਉਣ ਦੀ ਟੀਚਾ ਮਿੱਥਿਆ ਹੈ ਸਰਕਾਰ ਵੱਲੋਂ, ਜੋ ਸਾਨੂੰ ਗਾਈਡਲਾਈਨਸ ਆਈਆਂ ਉਹਦੇ ਲਈ ਅਸੀਂ ਸਤੰਬਰ ਮਹੀਨੇ ਦੇ ਵਿੱਚ ਆਪਾਂ 5 ਵੱਡੇ ਮੇਲੇ ਲਗਾਉਣ ਜਾ ਰਹੇ ਹਾਂ, ਜੋ ਕਿ ਅਲੱਗ ਅਲੱਗ ਡੇਟ ਔਰ ਅਲੱਗ ਅਲੱਗ ਵੈਨਿਊ ਦੇ ਵਿੱਚ ਹੈ, ਔਰ ਹਰ ਬਲੋਕ 'ਚ ਆਪਾਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਮੇਲਿਆਂ ਦੇ ਰਾਹੀਂ ਆਪਾਂ ਹਰ ਬਲੋਕ ਨੂੰ ਕਵਰ ਕੀਤਾ ਜਾ ਸਕੇ, ਤਾਂ ਕਿ ਹਰ ਬਲੋਕ ਦਾ ਬੱਚਾ ਇਹਦੇ ਵਿੱਚ ਪਾਰਟੀਸਪੇਟ ਕਰ ਸਕੇ। ਜਿਹਦੀ ਡੇਟ ਹੈ ਪਹਿਲਾ ਜਿਹੜਾ ਸਾਡਾ ਮੇਲਾ ਲੱਗਣ ਜਾ ਰਿਹਾ ਉਹ ਤਵੀ ਕਾਲਜ ਲੱਗ ਰਿਹਾ ਸ਼ਾਹਪੁਰ ਜੁਗਿਆਲ ਦੇ ਵਿੱਚ, ਜੋ ਕਿ 6 ਸਤੰਬਰ ਨੂੰ ਲੱਗ ਰਿਹਾ ਹੈ, ਔਰ ਦੂਸਰਾ ਮੇਲਾ ਸਾਡਾ ਲੱਗ ਰਿਹਾ ਹੈਗਾ ANM ਕਾਲਜ, ਜੋ ਕਿ 9 ਸਤੰਬਰ ਨੂੰ ਲੱਗ ਰਿਹਾ ਹੈ। ਤੀਸਰਾ ITI ਪਠਾਨਕੋਟ ਦੇ ਵਿੱਚ ਲੱਗ ਰਿਹਾ 13 ਸਤੰਬਰ ਨੂੰ ਲੱਗ ਰਿਹਾ ਹੈ, ਔਰ ਚੌਥਾ ਜਿਹੜਾ ਸ਼੍ਰੀ ਸਾਈਂ ਕਾਲਜ ਬਧਾਣੀ ਵਿੱਚ 16 ਤਰੀਕ ਨੂੰ ਲੱਗ ਰਿਹਾ ਹੈ, ਔਰ ਲਾਸਟ ਜਿਹੜਾ ਜੋ 5ਵਾਂ ਮੇਲਾ ਹੈ ਅਮਨ ਭੱਲਾ ਗਰੁੱਪ ਆਫ ਕਾਲਜ ਕੋਟਲੀ ਵਿਖੇ 17 ਸਤੰਬਰ ਨੂੰ ਲੱਗ ਰਿਹਾ ਹੈ। ਅਤੇ ਮੇਰੀ ਸਰੋਤਿਆਂ ਵੱਲ ਇਹ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਮੇਲਿਆਂ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਓ ਅਤੇ ਉਹ ਰੋਜ਼ਗਾਰ ਦੇ ਅਫਸਰ ਇਹਦੇ ਵਿੱਚ ਉਹ ਪ੍ਰਾਪਤ ਕਰ ਸਕਦੇ ਆ। ਅਤੇ ਸਰ ਇਹਨਾਂ ਮੇਲਿਆਂ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਇਹਨਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਨੌਜਵਾਨਾਂ ਨੂੰ ਕਿਸ ਤਰੀਕੇ ਦੇ ਰੁਜ਼ਗਾਰ ਜਿਹੜੇ ਕਿ ਮਿਲ ਸਕਦੇ ਨੇ? ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਬੱਚਾ ਰਜਿਸਟਰ ਕਰਵਾ ਸਕਦਾ ਹੈ, ਰਜਿਸਟਰ ਕਰਵਾਉਣ ਲਈ ਇੱਕ ਸਾਡਾ ਜੋ PGRKM ਦਾ ਪੋਰਟਲ ਹੈਗਾ ਤੁਸੀਂ ਉਹਦੇ 'ਚ ਅਪਲਾਈ ਕਰ ਸਕਦੇ ਹੋ, ਜੋ ਕਿ www.pgrkam.com। ਉਹਦੇ ਵਿੱਚ ਵੀ ਤੁਸੀਂ ਵੈਨਿਊ ਸਾਰੀ ਡਿਟੇਲ ਦੇ ਸਕਦੇ ਹੋ, ਆਪਣੇ ਆਪ ਰਜਿਸਟਰ ਕਰ ਸਕਦੇ ਹੋ। ਜੇ ਫਿਰ ਵੀ ਜੇ ਤੁਹਾਨੂੰ ਮਤਲਬ ਕੁਛ ਕਨਫਿਊਜ਼ਨ ਆਉਂਦੀ ਹੈ ਤਾਂ ਤੁਸੀਂ ਜੋ ਸਾਡਾ ਦਫ਼ਤਰ DC ਆਫਿਸ ਵਿੱਚ ਬਣਾਇਆ ਹੋਇਆ 352 ਨੰਬਰ ਕਮਰੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲਾਇਮੈਂਟ ਐਂਡ ਇੰਟਰਪ੍ਰਾਈਜ਼, ਉੱਥੇ ਆ ਕੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ। ਬਾਕੀ ਅਸੀਂ ਸਮੇਂ 'ਤੇ ਜਾਣਕਾਰੀ ਆਪਾਂ ਮੀਡੀਆ ਥਰੂ ਦਿੰਦੇ ਰਹਾਂਗੇ, ਵਟਸਐਪ ਗਰੁੱਪ ਅਸੀਂ ਬਣਾਏ ਹੋਏ ਬੱਚਿਆਂ ਦਾ, ਟੈਲੀਗ੍ਰਾਮ ਗਰੁੱਪ ਬਣਾਏ ਹੋਏ, ਉਹਦੇ ਥਰੂ ਵੀ ਅਸੀਂ ਪ੍ਰੋਵਾਈਡ ਕਰਦੇ ਰਹਾਂਗੇ। ਇਹਦੇ ਵਿੱਚ ਜੋ ਕੰਪਨੀਜ਼ ਹੈਗੀਆਂ ਉਹ ਕੰਪਨੀ ਕੁਛ ਲੋਕਲ ਕੰਪਨੀਜ਼ ਵੀ ਹੈਗੀਆਂ, ਕੁਛ ਅਸੀਂ ਜੰਮੂ ਤੋਂ ਬੁਲਾ ਰਹੇ ਹਾਂ, ਕੁਛ ਅਸੀਂ ਬੱਦੀ ਤੋਂ ਬੁਲਾ ਰਹੇ ਹਾਂ, ਕੁਛ ਲੁਧਿਆਣਾ ਤੋਂ ਬੁਲਾ ਰਹੇ ਹਾਂ, ਅਲੱਗ ਅਲੱਗ ਥਾਵਾਂ ਤੋਂ ਕੰਪਨੀਆਂ ਬੁਲਾ ਰਹੇ ਹਾਂ, ਜੋ ਕਿ ਹਰ ਤਰੀਕੇ ਦੇ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣਗੀਆਂ। ਅਤੇ ਸਰ ਟਾਰਗੇਟ ਤੁਸੀਂ ਦੱਸਤਾ ਕਿ 10,000 ਜਿਹੜੇ ਕਿ ਨੌਜਵਾਨ ਪਠਾਨਕੋਟ ਦੇ ਘੱਟੋ ਘੱਟ 10,000 ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦਵਾਇਆ ਜਾਵੇਗਾ। ਅਤੇ ਹੁਣ ਡੇਟਸ ਤੁਹਾਨੂੰ ਦੱਸ ਚੁੱਕੇ ਨੇ ਸਰ, ਆਉਣ ਵਾਲੇ ਸਮੇਂ ਦੇ ਵਿੱਚ 6 ਸਤੰਬਰ ਤੋਂ ਸ਼ੁਰੂ ਹੋ ਕੇ ਅਤੇ ਲਾਸਟ 17 ਸਤੰਬਰ ਤੱਕ ਜਿਹੜੇ ਕਿ ਇਹ ਕਿੰਨੇ 5 ਰੁਜ਼ਗਾਰ ਮੈਗਾ ਰੁਜ਼ਗਾਰ ਮੇਲੇ ਜਿਹੜੇ ਕਿ ਲੱਗ ਰਹੇ ਨੇ। ਸੋ ਜਿਹੜੇ ਬੱਚੇ ਵੀ ਇੱਛੁਕ ਨੇ ਇਹਨਾਂ ਰੁਜ਼ਗਾਰ ਮੇਲਿਆਂ ਦੇ ਥਰੂ ਜੋਬਸ ਲੈਣ ਲਈ ਉਹ ਆਪਣੀ ਤਿਆਰੀ ਕਰ ਸਕਦੇ ਨੇ। ਵੈਬਸਾਈਟ ਦੀ ਜਿਹੜੀ ਕਿ ਆਪਾਂ ਜਾਣਕਾਰੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ, ਤੁਸੀਂ ਉੱਥੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇੱਥੇ ਇੰਪਲੋਇਮੈਂਟ ਆਫਿਸ ਦੇ ਵਿੱਚ ਪਹੁੰਚ ਕੇ 352 ਨੰਬਰ ਕਮਰੇ ਦੇ ਵਿੱਚ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗੇ। ਸੋ ਸਰ ਰਕੇਸ਼ ਕੁਮਾਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਇੰਨੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਮੇਲਿਆਂ ਦੇ ਸ਼ਡਿਊਲ ਦੇ ਵਿੱਚ ਕੋਈ ਫੇਰਬਦਲ ਹੁੰਦਾ ਆ ਤਾਂ ਅਸੀਂ ਤੁਹਾਨੂੰ ਇਹਦੀ ਵੀ ਜਾਣਕਾਰੀ ਆਪਣੇ ਚੈਨਲ ਦੇ ਥਰੂ ਅਤੇ ਇਹਨਾਂ ਦੇ ਟੈਲੀਗ੍ਰਾਮ ਗਰੁੱਪ ਜਾਂ ਵਟਸਐਪ ਦੇ ਥਰੂ ਤੁਹਾਨੂੰ ਮਿਲਦੀ ਰਹੇਗੀ। ਸੋ ਮੈਂ ਰਮਨਦੀਪ ਸਿੰਘ ਤੁਹਾਡੇ ਕੋਲ ਇਜਾਜ਼ਤ ਲੈਂਦਾ, ਦੇਖਦੇ ਰਹੋ KRT ਨਿਊਜ਼।